ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਗਾ ਸੁਣਦੇ ਜੀ ਤੁਸੀਂ ਕੁਲਵਿੰਦਰ ਸਿੰਘ ਦੇ ਨਾਲ ਤੁਹਾਡਾ ਆਪਣਾ ਫੇਵਰਟ ਚੈਨਲ ਡਾ ਪੰਜਾਬੀ ਇਟਲੀ ਦੇ ਪ੍ਰਧਾਨ ਮੰਤਰੀ ਸ਼੍ਰੀ ਜੂਜ਼ੇਪੇ ਕੋਨਤੇ ਜੀ ਨੇ ਟੀਵੀ ਦੇ ਵਿੱਚ ਆ ਕੇ ਆਨਲਾਈਨ ਲਾਈਵ ਦੇ ਵਿੱਚ ਆ ਕੇ ਦੱਸੇ ਨੇ ਨਵੇਂ ਕਾਨੂੰਨ ਫਰਮਾਨਾਂ ਬਾਰੇ ਦੱਸਿਆ ਜੋ ਕਿ ਕੱਲ ਤੋਂ ਲਾਗੂ ਹੋ ਜਾਣਗੇ ਇਹਨਾਂ ਕਾਨੂੰਨਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕਾਨੂੰਨ ਆ ਸੀ ਗੱਲ ਕਰਦੇ ਹਾਂ ਮੂਵਮੈਂਟ ਦਾ ਆਹੀ ਕਿੱਥੇ ਜਾ ਸਕਦੇ ਆ ਕਿਹੜੀ ਸਟੇਟ ਦੇ ਵਿੱਚ ਜਾ ਸਕਦੇ ਆ ਤੇ ਕਿਹੜੀ ਸਟੇਟ ਦੇ ਵਿੱਚ ਨਹੀਂ ਜਾ ਸਕਦੇ ਸਭ ਤੋਂ ਜਿਹੜੀ ਪਹਿਲੀ ਗੱਲ ਸ਼ੁਰੂਆਤ ਕੀਤੀ ਹੈ ਜੀ ਜੋਜ਼ੈਪੇ ਕੁੰਤੇ ਜੀ ਨੇ ਉਹਨਾਂ ਨੇ ਕਿਹਾ ਜੀ ਕਿ ਤੁਸੀਂ 21 ਦਸੰਬਰ ਤੋਂ ਲੈ ਕੇ 6 ਜਨਵਰੀ ਤੱਕ 21 ਦਸੰਬਰ ਤੋਂ 6 ਜਨਵਰੀ ਤੱਕ ਆਪਣੀ ਸਟੇਟ ਤੋਂ ਦੂਸਰੀ ਸਟੇਟ ਦੇ ਵਿੱਚ ਮੂਵ ਨਹੀਂ ਕਰ ਸਕਦੇ ਤੇ 25 26 ਦਸੰਬਰ ਅਤੇ 1 ਜਨਵਰੀ 25 ਦਸੰਬਰ 26 ਦਸੰਬਰ 1 ਜਨਵਰੀ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਅਸੀਂ ਆਪਣੇ ਪਿੰਡ ਤੋਂ ਵੀ ਬਾਹਰ ਨਹੀਂ ਨਿਕਲ ਸਕਦੇ ਤਿੰਨ ਦਿਨ ਬਹੁਤ ਹੀ ਧਿਆਨ ਦੇ ਨਾਲ ਗੌਰ ਰੱਖਿਓ ਜੀ ਕਰਫਿਊ ਕਰਫਿਊ ਪੂਰੇ ਇਟਲੀ ਦੇ ਵਿੱਚ ਲੱਗਾ ਰਹਿਣਾ ਰਾਤ ਦੇ 10 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਹਰ ਰੋਜ਼ ਕਰਫਿਊ ਲੱਗਣਾ ਸਿਰਫ 31 ਦਸੰਬਰ ਨਾਲ ਦੇ ਨਾਲ ਜਿੱਦਣ ਰਾਤ ਦੇ 10 ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਕਰਫਿਊ ਲੱਗਣਾ ਜੀ ਕਰਫਿਊ ਦੇ ਦਰਮਿਆਨ ਜਾਫੇ ਜਿਹੜੇ ਇਹ ਦਿਨਾਂ 26 25 ਦਸੰਬਰ 26 ਦਸੰਬਰ ਜਾਫੇ 1 ਜਨਵਰੀ ਇਹਨਾਂ ਦੇ ਵਿੱਚ ਤੁਸੀਂ ਆਪਣਾ ਜਿੱਥੇ ਤੁਹਾਡਾ ਰੈ residense ਆ ਜਾਂ ਫਿਰ ਦੂਮੀ ਚੀਲੋ ਜਿਸ ਘਰ ਦੇ ਵਿੱਚ ਤੁਸੀਂ ਰਹਿ ਰਹੇ ਹੋ ਤੁਸੀਂ ਉੱਥੇ ਆਪਣੇ ਘਰ ਦੇ ਵਿੱਚ ਵਾਪਸ ਜਾ ਸਕਦੇ ਹੋ ਪਰ ਗੌਰ ਇਹ ਰੱਖਿਓ ਕਿ ਤੁਸੀਂ ਆਪਣੇ ਦੂਜੇ ਘਰ ਦੇ ਵਿੱਚ ਨਾ ਜਾ ਰਹੇ ਕਿਉਂਕਿ ਤੁਹਾਡਾ ਇੱਕ ਘਰ ਦਾ ਤੁਸੀਂ ਉਤੋਂ ਦੂਸਰੇ ਘਰ ਚ ਮੂਵ ਕਰ ਰਹੇ ਹੋ ਤਾਂ ਤੁਸੀਂ ਉਹ ਉਸ ਕਾਨੂੰਨ ਦੀ ਉਲੰਘਣਾ ਕਰ ਰਹੇ ਹੋ ਜਿਸ ਕਰਕੇ ਤੁਹਾਨੂੰ ਜੁਰਮਾਨਾ ਵੀ ਹੋ ਸਕਦਾ ਹੈ ਜੀ ਕਾਰਫਿਊ ਦੇ ਵੇਲੇ ਜੇਕਰ ਤੁਹਾਨੂੰ ਘਰ ਤੋਂ ਬਾਹਰ ਨਿਕਲਣਾ ਪੈਂਦਾ ਹੈ ਜੀ ਫਿਰ ਕੀ ਹੈ ਫਿਰ ਤੁਹਾਨੂੰ ਮਾਸਕ ਲਾਣ ਦੀ ਜ਼ਰੂਰਤ ਹੈ ਜੀ ਬਿਨਾ ਮਾਸਕ ਤੋਂ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਅਜੇਕਰ ਨਿਕਲੋਗੇ ਤਾਂ ਤੁਹਾਨੂੰ ਜੁਰਮਾਨਾ ਹੋ ਸਕਦਾ ਜੀ ਅਸੈਂਬਰਾ ਮੰਤ ਜਿਹੜਾ ਇਕੱਠ ਦੀ ਆ ਇਹ ਇਕੱਠ ਨਹੀਂ ਹੋਣਾ ਚਾਹੀਦਾ ਬੰਦਿਆਂ ਦਾ ਇਹ ਵੀ ਜਿਹੜੇ ਕਾਨੂੰਨ ਨੇ ਫਿਲਹਾਲ ਐਸ ਟਾਈਮ ਲਾਗੂ ਹੁੰਦੇ ਨੇ ਮਾਸਕਰਾ ਲਾਣਾ ਵੀ ਜ਼ਰੂਰੀ ਹੈ ਜੀ ਉਸ ਤੋਂ ਬਾਅਦ ਤੁਸੀਂ ਘਰ ਤੋਂ ਕੰਮ ਦੇ ਲਈ ਜਾ ਸਕਦੇ ਹੋ ਤੁਸੀਂ ਆਪਣੇ ਘਰ ਵਾਪਸ ਜਾਣ ਦੇ ਲਈ ਜਾ ਸਕਦੇ ਹੋ ਜੇ ਸਿਹਤ ਸੰਬੰਧੀ ਤੁਸੀਂ ਜਿਹੜਾ ਬਾਹਰ ਜਾਣਾ ਤੁਸੀਂ ਜਾ ਸਕਦੇ ਹੋ ਇਹ ਉਹ ਸ਼ਰਤਾਂ ਨੇ ਸਰਕਾਰ ਦੁਆਰਾ ਨਿਯਮਿਤ ਕੀਤੀਆਂ ਜਿਨ੍ਹਾਂ ਦੇ ਵਿੱਚ ਤੁਹਾਨੂੰ ਕਿਹਾ ਜਾਂਦਾ ਹੈ ਕਿ ਤੁਹਾਨੂੰ ਨਹੀਂ ਰੋਕਿਆ ਜਾਏਗਾ ਰੀਐਂਟਰੀ ਦਲੈਸਟਰੋ ਜੇਕਰ 21 ਦਸੰਬਰ ਤੋਂ ਲੈ ਕੇ 6 ਜਨਵਰੀ ਤੱਕ ਕੋਈ ਵੀ ਬੰਦਾ ਹਟਲੀ ਦੇ ਵਿੱਚ ਐਂਟਰ ਹੁੰਦਾ 21 ਦਸੰਬਰ 2020 ਤੋਂ 6 ਜਨਵਰੀ 2021 ਦੇ ਵਿੱਚ ਦਾ ਜਿਹੜਾ ਸਮਾਂ ਹੈ ਇਸ ਸਮੇਂ ਦੇ ਵਿੱਚ ਇਟਾਲੀਅਨ ਹੋਵੇ ਇੰਡੀਅਨ ਹੋਵੇ ਜਿਹੜਾ ਵੀ ਬੰਦਾ ਇਟਲੀ ਦੇ ਵਿੱਚ ਐਂਟਰ ਹੋਣਾ ਉਹਨੂੰ ਇਟਲੀ ਦੇ ਵਿੱਚ ਆ ਕੇ ਕਵਾਰੰਟਾਈਨ ਹੋਣਾ ਪੈਣਾ ਫਿਰ ਚਾਹੇ ਕਿ ਜਿਹੜੀ ਮਾਰਜੀ ਕੰਟਰੀ ਦਾ ਕਿਉਂ ਨਾ ਹੋਵੇ ਸਕੂਲਾਂ ਬਾਰੇ ਗੱਲ ਕੀਤੀ ਜਾਵੇ ਤਾਂ 7 ਜਨਵਰੀ ਤੋਂ ਦੱਸਿਆ ਗਿਆ ਕਿ ਸਕੂਲ ਖੁੱਲ ਜਾਣੇ ਜੀ ਪੂਰੇ ਇਟਲੀ ਦੇ ਵਿੱਚ ਸਕੂਲ ਖੁੱਲ ਜਾਣਗੇ ਦੀਡੈਕਟਿਕਾ ਇਨ ਪ੍ਰੈਜ਼ੈਂਸਾ ਦੀ ਗੱਲ ਕੀਤੀ ਜਾ ਰਹੀ ਹੈ ਦੀਡੈਕਟਿਕਾ ਇਨ ਪ੍ਰੈਜ਼ੈਂਸਾ ਹੁੰਦਾ ਕਿ ਸਕੂਲਾਂ ਦੇ ਵਿੱਚ ਜਿਹੜੇ ਸਕੂਲ ਸਕੋਲਜ ਸੁਪਰੀ ਹੋ ਰਹੀ ਆ ਉਹ ਬੱਚਿਆਂ ਨੂੰ ਸਕੂਲ ਜਾਣਾ ਪੈਣਾ ਉਸ ਤੋਂ ਬਾਅਦ ਘੱਟ ਤੋਂ ਘੱਟ ਹਰ ਸਕੂਲ ਹਰ ਯੂਨੀਵਰਸਿਟੀ ਦੇ ਵਿੱਚ ਇਸ ਗੱਲ ਦਾ ਧਿਆਨ ਰੱਖਿਆ ਜਾਊਗਾ ਕਿ ਘੱਟ ਤੋਂ ਘੱਟ 75% ਜਿਹੜੇ ਸਟੂਡੈਂਟ ਆ ਉਹ ਕਲਾਸ ਦੇ ਵਿੱਚ ਆਣ ਜਿਹੜੇ ਬਾਕੀ ਸਟੂਡੈਂਟ ਆ ਉਹ ਆਨਲਾਈਨ 25% ਪੜ੍ਹ ਸਕਦੇ ਆ ਆਪਣੀ ਸਟੱਡੀ ਕਰ ਸਕਦੇ ਆ ਪੀਲੇ ਜਾਣ ਬਾਰੇ ਅਸੀਂ ਗੱਲ ਕਰਦੇ ਹਾਂ ਜੀ ਬਾਹਰ ਤੇ ਰੈਸਟੋਰੈਂਟ ਹੈ ਜਿਹੜੇ ਬਾਹਰ ਤੇ ਰੈਸਟੋਰੈਂਟ ਬਾਰ ਰੈਸਟੋਰੈਂਟ ਪੀਸਰੀ ਇਹ ਇੱਕ ਖੁੱਲੇ ਨੇ ਸਵੇਰ ਦੇ 5 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹਰ ਰੋਜ਼ ਖੁੱਲੇ ਰਹਿਣੇ ਜਿੰਨੇ ਵੀ ਪੀਲੇ ਏਰੀਏ ਨੇ ਤੇ ਇਹਦੇ ਵਿੱਚ ਕੰਸੂਮੋ ਆ ਤਾਬਲੋ ਹੋਣਾ ਵੀ ਟੇਬਲ ਤੇ ਬੈਠ ਕੇ ਤੁਸੀਂ ਖਾ ਸਕਦੇ ਹਾਂ ਹਰ ਟੇਬਲ ਤੇ ਵੱਧ ਤੋਂ ਵੱਧ 4 ਬੰਦੇ ਬਹਿ ਸਕਦੇ ਆ ਸ਼ਰਤ ਇਹ ਆ ਕਿ ਉਸ ਟੇਬਲ ਤੇ 4 ਬੈਠੇ ਬੰਦੇ ਇੱਕ ਹੀ ਫੈਮਿਲੀ ਮੈਂਬਰ ਦੇ ਹੋਣ ਉਸ ਤੋਂ ਜੇਕਰ ਉਹ ਫੈਮਿਲੀ ਮੈਂਬਰ ਨਹੀਂ ਹੈਗੇ ਤਾਂ ਜੁਰਮਾਨਾ ਹੋ ਸਕਦਾ ਜੀ 6 ਵਜੇ ਤੋਂ ਬਾਅਦ ਸਿਰਫ ਅਤੇ ਸਿਰਫ ਤੁਸੀਂ ਜਿਹੜਾ ਖਾਣ ਪੀਣ ਦਾ ਸਮਾਨ ਆ ਘਰ ਲੈ ਜਾ ਕੇ ਖਾ ਸਕਦੇ ਹੋ ਸੜਕ ਤੇ ਜੇਕਰ ਤੁਸੀਂ ਖਾਂਦੇ ਫੜੇਗੇ ਜੇ ਤੁਹਾਨੂੰ ਰੋਕਿਆ ਗਿਆ ਤਾਂ ਤੁਹਾਨੂੰ ਜੁਰਮਾਨੇ ਹੋ ਸਕਦੇ ਨੇ ਆ ਰਿਆ ਅਰੰਚੋਨ ਨੇ ਆ ਰਿਆ ਰੋਸਰ ਸੰਤਰੀ ਜ਼ੋਨ ਅਤੇ ਜਿਹੜਾ ਲਾਲ ਜ਼ੋਨ ਹੈ ਜੀ ਇਹਨਾਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਬਾਰ ਰੈਸਟੋਰੈਂਟ ਸਵੇਰ ਦੇ 5 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਖੁੱਲਣਗੇ ਪਰ ਸਿਰਫ ਅਤੇ ਸਿਰਫ ਸਮਾਨ ਆਰਡਰ ਤੇ ਕਹਿਣ ਦਾ ਭਾਵ ਕੀ ਹੈ ਕਿ ਤੁਹਾਨੂੰ ਫੋਨ ਕੀਤਾ ਜਾਊ ਤੁਹਾਨੂੰ ਕਲਾਇੰਟ ਫੋਨ ਕਰਦਾ ਤੁਸੀਂ ਉਹਨਾਂ ਦਾ ਸਮਾਨ ਤਿਆਰ ਕੀਤਾ ਉਹ ਉੱਥੇ ਰੈਸਟੋਰੈਂਟ ਬਾਰ ਦੇ ਵਿੱਚ ਆਇਆ ਤੇ ਸਮਾਨ ਲੈ ਕੇ ਚਲਾ ਗਿਆ ਹோம் ਡਿਲੀਵਰੀ ਤੁਸੀਂ ਜਿਸ ਟਾਈਮ ਮਰਜ਼ੀ ਕਰ ਸਕਦੇ ਹੋ ਸਮਾਨ ਉਹਨਾਂ ਨੇ ਫੋਨ ਕਰਕੇ ਮੰਗਾਇਆ ਤਾਂ ਉਹਦੇ ਲਈ ਤੁਹਾਨੂੰ ਕਦੇ ਵੀ ਨਹੀਂ ਰੋਕਿਆ ਟੋਕਿਆ ਜਾਏਗਾ ਜਿਹੜੇ ਅਲਬੈਰਗ ਹੋਟਲ ਹੈ ਜੀ ਹੋਟਲ ਪੂਰੇ ਪੂਰੀ ਇਟਲੀ ਦੇ ਵਿੱਚ ਜਿਹੜੇ ਹੋਟਲ ਨੇ ਖੁੱਲੇ ਰਹਿਣਗੇ ਅ ਪਰ 31 ਜਨਵਰੀ ਨੂੰ ਜਿਹੜਾ ਨਵਾਂ ਸਾਲ ਦਾ ਦਿਨ ਹੈ ਇਹਦੇ ਵਿੱਚ ਕੋਈ ਵੀ ਚੇਨੇ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਕਹਿਣ ਦਾ ਭਾਵ ਹੈ ਸਰਕਾਰ ਇੱਥੇ ਕਹਿ ਰਹੀ ਹੈ ਕਿ ਕੋਈ ਵੀ ਪ੍ਰਕਾਰ ਦਾ ਜਿਹੜਾ ਜਸ਼ਨ ਹੋਟਲਾਂ ਦੇ ਵਿੱਚ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਹੁਣ ਅਸੀਂ ਗੱਲ ਕਰਦੇ ਹਾਂ ਜੀ ਨੈਗੋਟੀ ਸੈਂਤਰੀ ਕੁਮਰਚਾਲੀ ਇੰਤੂਤਾ ਇਟਾਲੀਏ ਪੂਰੇ ਇਟਲੀ ਦੇ ਵਿੱਚ 4 ਦਸੰਬਰ ਤੋਂ ਲੈ ਕੇ ਜੋ ਕਿ ਕੱਲ ਤੋਂ ਲੈ ਕੇ 6 ਜਨਵਰੀ ਤੱਕ ਇਨੇਗੋਤੀ ਰੈਸਟੋਨੋ ਅਪਰਤੇ ਸੇਨੋ ਅਲੇ ਨੋਵੇ ਜਿੰਨੀਆਂ ਵੀ ਦੁਕਾਨਾਂ ਨੇ ਰਾਤ ਦੇ 9 ਵਜੇ ਤੱਕ ਪੂਰੀ ਇਟਲੀ ਦੇ ਵਿੱਚ ਕੱਲ 4 ਦਸੰਬਰ ਤੋਂ 6 ਜਨਵਰੀ ਤੱਕ ਖੁੱਲੀਆਂ ਰਹਿਣਗੀਆਂ ਜੀ ਹੁਣ ਜਿਹੜੀ ਟਾਈਮ ਦੀ ਹੈ ਵੀ ਦੀ ਆ ਰਾਤ ਦੇ 9 ਵਜੇ ਤੱਕ ਦੀ ਕਰ ਦਿੱਤੀ ਗਈ ਆ ਅਤੇ 4 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ ਜਿਹੜੀਆਂ ਛੁੱਟੀਆਂ ਹੁੰਦੀਆਂ ਸਰਕਾਰੀ ਛੁੱਟੀ ਹੁੰਦੀ ਜਾਂ ਫਿਰ ਸ਼ਨੀਏ ਐਤਵਾਰ ਦੀਆਂ ਛੁੱਟੀਆਂ ਹੁੰਦੀ ਉਹਨਾਂ ਦੇ ਵਿੱਚ ਜਿਹੜੀ ਚੈੰਤਰੀ ਕੁਮਰਚਾਲੀ ਆ ਬੰਦ ਰਹਿਣਗੇ ਸਿਰਫ ਅਖਬਾਰਾਂ ਦੀ ਦੁਕਾਨ ਮੈਡੀਕਲ ਕੋਰਟ ਤੇ ਮੈਡੀਕਲ ਸਟੋਰ ਅਤੇ ਤਬਾਕੀਆਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ ਜੀ ਉਸ ਤੋਂ ਬਾਅਦ ਜੋਸੇਪੇ ਕੁੰਤੇ ਜੀ ਦਾ ਇੱਕ ਹੋਰ ਬਿਆਨ ਆ ਜਿਹਦੇ ਵਿੱਚ ਉਹ ਦੱਸ ਰਹੇ ਨੇ ਕਿ ਤੁਸੀਂ ਸਮਾਨ ਖਰੀਦੋ ਆਪਣੇ ਪੈਸੇ ਆ ਜਿਹੜੇ ਆਪਣੇ ਕਾਰਡ ਰਾਹੀਂ ਦੋ ਜਿੰਨਾ ਤੁਸੀਂ ਸਮਾਨ ਖਰੀਦੋਗੇ 31 ਦਸੰਬਰ ਤੱਕ ਤੁਹਾਨੂੰ ਦਾ 10% ਵਾਪਸ ਆ ਸਕਦਾ 8 ਦਸੰਬਰ ਤੋਂ ਸ਼ੁਰੂਆਤ ਹੋ ਜਾਣੀ ਹੈ ਐਪਲੀਕੇਸ਼ਨ ਆ ਤੁਹਾਨੂੰ ਅਸੀਂ ਦੱਸਾਂਗੇ ਕਿ ਕਿਸੇ ਹਿਸਾਬ ਦੇ ਨਾਲ ਡਾਊਨਲੋਡ ਕਰਕੇ ਉਹਦੇ ਵਿੱਚ ਸੈਟਿੰਗ ਕਰਨੀ ਹੈ ਤੁਹਾਡੀ ਸਪੀਡ ਹੋਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ ਜੇਕਰ ਤੁਸੀਂ 8 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ 1500 ਐਰੋ ਦਾ ਸਮਾਨ ਖਰੀਦਦੇ ਹੋ ਤਾਂ ਤੁਹਾਨੂੰ 150 ਐਰੋ ਸਰਕਾਰ ਨੇ ਵਾਪਸ ਕਰ ਦੇਣਾ ਜੀ ਅਤੇ ਇਸ ਐਪਲੀਕੇਸ਼ਨ ਦਾ ਜਿਹੜਾ ਨਾਮ ਆ ਨਾਮ ਹੈ ਆਪੀਓ ਇਸ ਐਪਲੀਕੇਸ਼ਨ ਨੂੰ ਤੁਸੀਂ ਪਲੇ ਸਟੋਰ ਜਾਂ ਫਿਰ ਐਪ ਸਟੋਰ ਤੋਂ ਵੀ ਡਾਊਨਲੋਡ ਕਰ ਸਕਦੇ ਹੋ ਜੀ ਜਿਸ ਤਰ੍ਹਾਂ ਹੀ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੇ ਬੰਦਾ 10 10 ਦਸੰਬਰ ਤੋਂ ਬਾਅਦ ਇਟਲੀ ਦੇ ਵਿੱਚ ਐਂਟਰ ਹੋ ਰਿਹਾ ਹੈ ਯੂਰਪ ਦੇ ਕਿਸੇ ਵੀ ਦੇਸ਼ ਤੋਂ ਉਹਨੂੰ ਟੰਪੋਨੇ ਕਰਾਣ ਦੀ ਲੋੜ ਆ ਤੇ ਜੇ 네ਗਟਿਵ ਆ ਉਸ ਬੰਦੇ ਨੂੰ ਉਸ ਸਿਚੁਏਸ਼ਨ ਦੇ ਵਿੱਚ ਕੁਆਰੰਟਾਈਨ ਨਹੀਂ ਹੋਣਾ ਪਵੇਗਾ ਪਰ ਜੇਕਰ ਉਹ ਐਕਸਟਰਾ ਸੈਂਗਨ ਏਰੀਆ ਤੋਂ ਆ ਰਿਹਾ ਤੇ 21 ਦਸੰਬਰ ਤੋਂ ਬਾਅਦ ਆ ਰਿਹਾ ਤਾਂ ਫੇਰ ਉਹਨੂੰ ਇਟਲੀ ਦੇ ਵਿੱਚ ਆ ਕੇ ਕਵਾਰੰਟਾਈਨ ਦਾ ਜਿਹੜਾ ਸਰਕਾਰ ਵੱਲੋਂ ਨਿਯਮਤ ਕੀਤਾ ਗਿਆ ਟਾਈਮ 10 ਦਿਨ ਦਾ ਟਾਈਮ ਉਹ ਰਹਿਣਾ ਰਹਿਣਾ ਹੀ ਪੈਣਾ ਜੀ। ਲੂੰਬਰ ਦੀ ਬਾਰੇ ਗੱਲ ਕੀਤੀ ਜਾ ਰਹੀ ਹੈ ਸ਼ਾਇਦ ਆਉਣ ਵਾਲੇ ਸ਼ਨੀ ਐਤਵਾਰ ਨੂੰ ਫੇਰ ਇੱਕ 8 ਸੌਰੀ 8 ਤਰੀਕ ਨੂੰ ਸ਼ਾਇਦ ਲੂੰਬਰ ਦੀਆ ਪੀਲੇ ਜ਼ੋਨ ਦੇ ਵਿੱਚ ਆ ਸਕਦਾ ਹੈ ਜੀ। ਇਹ ਸੀ ਜੋ ਬਿਆਨ ਜੁਜੈਪੇਕੁੰਤੇ ਜੀ ਵੱਲੋਂ ਅੱਜ ਟੀ ਅੱਜ ਲਾਈਵ ਦੇ ਵਿੱਚ ਦੱਸਿਆ ਗਿਆ। ਉਮੀਦ ਕਰਦੇ ਹਾਂ ਕਿ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਜਾਣਗੇ ਜੀ ਸਰਕਾਰ ਪਹਿਲਾਂ ਕਹਿ ਰਹੀ ਸੀ ਪੂਰੇ ਇਟਲੀ ਨੂੰ ਪੀਲਾ ਜ਼ੋਨ ਕਰ ਦੇਣਾ ਪਰ ਫਿਲਹਾਲ ਜੋ ਜੋਸੇਪੇ ਕੋਨਤੇ ਜੀ ਦਾ ਬਿਆਨ ਹੈ ਉਸ ਤੋਂ ਅਸੀਂ ਇਹੀ ਦੇਖ ਸਾਦੇ ਹੁਣ ਵੀ ਇਟਲੀ ਪੀਲਾ ਸੰਗਤਰੀ ਅਤੇ ਲਾਲ ਜ਼ੋਨ ਦੇ ਵਿੱਚ ਵੰਡਿਆ ਹੋਇਆ ਰਾਤ ਦਾ ਕਰਫਿਊ ਲੱਗਾ ਰਹਿਣਾ ਜੀ 10 ਤੋਂ 5 ਵਜੇ ਤੱਕ ਜੋ ਸਿਚੁਏਸ਼ਨ ਸੀ ਮਾਸਕ ਸੀ ਪਹਿਲਾਂ ਵਾਂਗ ਹੀ ਆ ਆਪਣੇ ਇਹ ਸਿਰਫ ਕੀ ਬਦਲਿਆ ਕਿ ਆਪਣੀ ਸਟੇਟ ਤੋਂ ਤੁਸੀਂ ਦੂਸਰੀ ਸਟੇਟ ਦੇ ਵਿੱਚ ਹੁਣ ਨਹੀਂ ਜਾ ਸਕਦੇ ਇਹਦਾ ਮਤਲਬ ਹੈ ਇੱਕ ਪ੍ਰਵਿੰਚੇ ਤੋਂ ਦੂਸਰੇ ਪ੍ਰਵਿੰਚੇ ਦੇ ਵਿੱਚ ਇੱਕ ਸਟੇਟ ਦੇ ਵਿੱਚ ਅਸੀਂ ਜਾ ਸਕਦੇ ਹਾਂ ਜੀ ਬਾਕੀ ਹੋਰ ਜਿਹੜੀ ਜਾਣਕਾਰੀ ਜਿੱਦਾਂ ਸਾਨੂੰ ਮਿਲਦੀ ਸੀ ਆਪਣੀ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਲਈ ਅਪਡੇਟ ਜ਼ਰੂਰ ਦਵਾਂਗੇ ਜੀ ਤੇ ਇਹ ਸੀ ਅੱਜ ਦਾ ਖਾਸ ਅਪਡੇਟ ਮਿਲਦੇ ਜੀ ਆਪਾਂ ਨੈਕਸਟ ਅਪਡੇਟ ਦੇ ਵਿੱਚ ਉਨਾ ਚਿਰ ਆਪਣਾ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਜੀ ਤੁਸੀਂ ਸੁਣ ਰਹੇ ਹੋ ਤੁਹਾਡਾ ਆਪਣਾ ਚੈਨਲ ਇਦਾ ਪੰਜਾਬ